ਲਾਸਟ ਵਾਰ ਜੀ ਤੁਸੀਂ ਆਪਣਾ ਦੇਖਿਆ ਹੀ ਹੋਣਾ ਕਿ ਆਪਾਂ ਬੁੱਧ ਨੂੰ ਗਏ ਸੀ ਵੀਰ ਤੇ ਦੁਕਾਨ ਬੰਦ ਸੀ ਕਿਉਂਕਿ ਉਦਣ ਸੀਗਾ ਲਾਸਟ ਹੁੰਦੇ ਤੇ ਆਪਾਂ ਅੱਜ ਪਵਾਉਂਦੇ ਆ ਵੀਰ ਪੂਰਾ ਤੇ ਮੈਨੂੰ ਇੰਟਰੋ ਜਿਹੜੀ ਆ ਉਹ ਰਿਕਾਰਡ ਨਹੀਂ ਗੱਲ ਹੋਈ ਸੀ ਤੇ ਇੰਟਰੋ ਇਸ ਕਰਕੇ ਮੈਂ ਬਾਅਦ ਚ ਰਿਕਾਰਡ ਕਰਦਾ ਪਿਆ ਆ ਤੇ ਦੱਸੋ ਤਾਂ ਇਹਦਾ ਇੰਟਰੋ ਸਹੀ ਲੱਗ ਰਿਹਾ ਕਿ ਜਿਹੜਾ ਮੈਂ ਹੱਥ ਚ ਫੋਨ ਫੜਦਾ ਉਹਨਾਂ ਸਹੀ ਲੱਗਦੀ ਆ ਇਹ ਮੈਂ ਅੱਜ ਸਟਿੱਕ ਨਾਲ ਬਣਾਉਣ ਦਿਆ ਆ ਤੇ ਇੰਟਰੋ ਹੋ ਗਈ ਆਪਣੀ ਤੇ ਤੁਹਾਨੂੰ ਅਗਲੀਆਂ ਕਲਿੱਪਾਂ ਚ ਪਤਾ ਲੱਗ ਜਾਣਾ ਕਿ ਆਪਾਂ ਕਿੱਦਾਂ ਦਾ ਤੇਲ ਪਾਇਆ ਕਿੰਨਾ ਔਖਾ ਇੱਕ ਤੁਹਾਨੂੰ ਸੁਜੈਸ਼ਨ ਦਿੰਦਾ ਕਿ ਬੁੱਲਟ ਨੂੰ ਚੋਰਾ ਤੇਲ ਨਾ ਹੀ ਪਾਵੋ ਕਿਉਂਕਿ ਜਿੱਦਾਂ ਆਪਾਂ ਪਵਾਇਆ ਸਾਨੂੰ ਪਤਾ ਆਪਾਂ ਕਿੰਨੇ ਖੱਜਲ ਹੋਏ ਆ ਸਵੇਰ ਦੇ 10 ਵਜੇ ਤੇ ਗਏ ਸੀ 5 ਵਜੇ ਆਏ ਆ ਤੇ ਹੁਣ ਅਗਲੇ ਛੋਟਾਂ ਚ ਤੇਲ ਹੀ ਪੈਣੇ ਆ ਦੇਖੋ ਤੇ ਲਾਈਟ ਵੀ ਆਪਾਂ ਮਾਈਨਸ ਸਾਰੀ ਪਾ ਕੇ ਸਮੋਕ ਵਾਲੀ ਸੀ ਪਿੱਛੇ ਪਲਾਨ ਬੁੱਲਟਾਂ ਦੀ ਲਾਈਟ ਪਾ ਲਈ ਆ ਜਿਹੜੀ ਚੋਸ ਹੁੰਦੀ ਆ ਤੇ ਉਹ ਵੀ ਸੀਨ ਚੈੱਕ ਕਰਿਓ ਕਿ ਕਿੱਦਾਂ ਦਾ ਲੱਗਦਾ ਬੁੱਲਟ ਇਕਦਮ ਬੰਬ ਲੱਗਦਾ ਤੁਹਾਨੂੰ ਕਲਿੱਪਾਂ ਵੀ ਦਿਖਾਵਾਂਗੇ ਬੁੱਲਟ ਦੀਆਂ ਜਿਹੜੀਆਂ ਆਫਟਰ ਸਾਰਾ ਰੈਡੀ ਹੋ ਕੇ ਬਣਾਈਆਂ ਅੱਜ ਆਪਣਾ ਹੈਗਾ ਦੂਸਰਾ ਦਿਨ ਰੈਂਪੋਨ ਦਾ ਕਰਕੇ ਕਿਉਂਕਿ ਐਤਵਾਰ ਦੀ ਦੁਕਾਨਾਂ ਬੰਦ ਸੀ ਅਤੇ ਅੱਜ ਆਪਾਂ ਆਇਆ ਰੈਂਪੋਨ ਦੁਆਰ ਤੋਂ ਅਤੇ ਐਤਵਾਰ ਕਰਕੇ ਅਤੇ ਦੇਖਿਓ ਅਤੇ ਆਪਾਂ ਹੁਣ ਆਹ ਰਿਮ ਕੱਸਦੇ ਪਏ ਹਾਂ ਤੇਰਾਂ 'ਚ ਅਤੇ ਆਪਾਂ ਰਿਮ ਕੱਸ ਲਿਆ ਇੱਕ ਤੇਲ 'ਚ ਅਤੇ ਕੁਛ ਦਿਨ ਤਾਂ ਜਦੋਂ ਭੁੱਲ ਪਈ ਆ ਰਿਮ ਦੀ ਉਹਦੇ 'ਚ ਆਵਾ ਉਹ ਭੁੱਲਦੇ ਹਾਂ ਸਿਰ 'ਤੇ ਪਿਆ ਹੁੰਦਾ ਅਤੇ ਇਹ ਸਾਰਿਆਂ ਤੋਂ ਵੱਡਾ ਤੇਲ ਬੋਲਤੇ ਦਾ 110 90-19 ਅਤੇ ਇਹਨੂੰ ਇਕਦਮ ਹਵਾ ਮੁੱਕ ਲਾ ਕੇ ਚੈੱਕ ਕਰਾ ਕੇ ਬੁੱਧ ਦੇ ਸੀ ਤੇਲ ਨਾਲ ਰੱਖ ਦਿਆ ਕਿੰਨਾ ਕੁ ਫਰਕ ਪੈਂਦਾ ਇਹਨਾਂ 'ਚ ਹਵਾ ਭੁੱਲ ਭਾਅ ਜੀ ਕਿੰਨੇ ਪਾਉਂਦਾ ਆਵਾਜ਼ ਆਉਂਦੀ ਹੋਊਗੀ ਇਹ ਹੈਗਾ ਪਿਛਲਾ ਤੇਲ ਤੇ ਰਿਮ ਉਹ ਪਿਆ ਤੇਲ ਇੱਥੇ ਰਿਮ ਆਇਆ ਡਿਸਪਲੇ ਕਰ ਲਾ ਮੋਟਰ ਤੇ ਜਿਹੜੀ ਆਹ ਨਹੀਂ ਕਰਨੀ ਜਿੱਥੇ ਆ ਬੱਤੀ ਇਹ ਹੁੰਦੀ ਆ ਅਤੇ ਆਹ ਇਹਦਾ ਤੇਲ ਆ ਆਪਾਂ ਕੱਲ੍ਹ ਲੈ ਗਏ ਜਿੱਥੇ ਅੱਜ ਅਗਲਾ ਦਿਨ ਆ ਕੱਲ੍ਹ ਐਤਵਾਰ ਕਰਕੇ ਬੰਦ ਸੀ ਦੁਕਾਨਾਂ ਅੱਜ ਤੇਲ ਹੀ ਚਲਾਉਂਦੇ ਹਾਂ ਅਤੇ ਸਵੇਰ ਦੇ 11 ਵਜੇ ਆ ਸਵੇਰੇ ਸਵੇਰੇ ਆਪਾਂ ਪਹਿਲਾਂ ਤੇਲ ਚਲਾਇਆ ਹੁਣ ਇਹਨਾਂ ਨੂੰ ਪਾ ਕੇ ਆਉਂਦੇ ਹਾਂ ਬੁੱਧ ਨੂੰ ਬੁੱਧ ਆਪਣੇ ਨਾਲ ਪਾ ਹੁੰਦਾ ਆ ਅਤੇ ਸੱਚ ਕੱਲ੍ਹ ਲਾਈਟ ਲਾਈ ਸੀ ਪਹਿਲਾਂ ਸੋਚਿਆ ਸੀ ਲਾਈਟ ਇਹਦਾ ਲਾਗੂ ਲੋਕ ਪਾਵਾਂਗੇ ਭਲ ਫੇਰ ਜੀ ਕੀਤਾ ਕਿ ਨਹੀਂ ਅੱਜ ਦੇ ਬਲੋਗ ਦੇ ਵਿੱਚ ਹੀ ਪਾ ਰਹੇ ਨਹੀਂ ਤੁਸੀਂ ਪੀਜੇ ਕਰਿਆ ਪਤਾ ਦੇਖਿਆ ਉਹਨਾਂ ਕਿ ਆਪਾਂ ਲਾਈਟ ਲਗਾਈ ਸੀ ਉਹਨੂੰ ਉਹਦਾ ਰਿਵਿਊ ਨਹੀਂ ਕੀਤਾ ਸੀ ਵੀਡੀਓ ਆਹ ਹੈਗਾ ਇਹਦਾ ਇੱਕ ਮੋਹ ਦਾ ਦੂਜਾ ਮੋਹ ਅਤੇ ਇਹਦੇ ਅੰਦਰਲੀ ਲਾਈਟ ਅੱਜ ਪਰਲੇ ਹਾਈ ਲੋ ਮੀਡੀਅਮ ਮੈਂ ਚੈੱਕ ਕਰ ਥੱਲੇ ਦੀ ਲਾਈਟ ਜਾਗਦੀ ਪਈ ਸੀ ਆ ਕਿਉਂਕਿ ਆਪਾਂ ਰਿੰਗ ਨੂੰ ਚੇਂਜ ਕਰ ਸਾਡੇ 2 ਕਲਰ ਨਾ ਚਾਹ ਅਤੇ ਇਹਦੇ ਕਰਕੇ ਇੱਥੇ 2 ਸਿਰ ਚਲਾਉਣੇ ਪਏ ਆਹ ਸਿਰ ਜਾਏਗਾ ਪੀਲੀ ਅਤੇ ਚਿੱਟੀ ਲਾਈਟ ਦੇ ਆਏਗਾ ਗਬਰੀ ਅੰਦਰਲੀ ਚਿੱਟੀ ਲਾਈਟ ਚੁਕਾਉਣੀ ਕਿ ਬੰਦ ਕਰਨੀ ਇਹਦੇ ਤੇਲ ਆਪਣੇ ਪੂਰੇ ਓਕੇ ਹੋ ਗਿਆ
ਉਹ ਜੇ ਇਹਨੂੰ ਪਾ ਦੀਏ ਮਕੈਨਿਕ ਦੀ ਦੁਕਾਨ ਤੇ ਆਪਣੇ ਇੱਥੇ ਆਪਾਂ ਤੇਲ ਖੋਲ ਲਿਆ ਮੋਲ ਲਾ ਅਤੇ ਉੱਧਰ ਉਹਦੀ ਡਿਸਪਲੇ ਖੋਲ੍ਹੀ ਪਈ ਆ ਅਤੇ ਉਹ ਤੇਲ ਆਪਾਂ ਦੱਸਣਾ ਆਪਣੇ ਆਰਾਮ ਮਰਗਾ ਲਿਆ ਉਹ ਸਟੈਂਡ ਦਾ ਜਿਹਦਾ ਮਰਗਾ ਦਾ ਇਲੈਕਟਰ ਦਾ ਜਿਹਦਾ ਮਰਗਾ ਪਰ ਉਹ ਸਟੈਂਡ ਕੋਲ ਦੇ ਇਲੈਕਟਰ ਦਾ ਅਤੇ ਬਾਕੀ ਹੁਣ ਕੱਸ ਕੁਸ ਕੇ ਇੱਕਦਮ ਚੱਜ ਨਾਲ ਫਿਟਿੰਗ ਕਰਾ ਕੇ ਫਿਰ ਦਿਖਾਉਂਦੇ ਹਾਂ ਲੁੱਕ ਬਾਕੀ ਲਾਈਟ ਨਾਲ ਲੁੱਕ ਇਹਦੀ ਕੱਲ੍ਹ ਨਾਲੋਂ ਕਾਫੀ ਵਧੀਆ ਹੋ ਗਈ ਆ ਅਤੇ ਤੇਲ ਉਹ ਕਾਫੀ ਵੱਡਾ ਆਇਆ ਇਸ ਨਾਲੋਂ ਇਸ ਕਰਕੇ ਸਾਨੂੰ ਮਰਗਾ ਚੇਂਜ ਕਰਨਾ ਪਏਗਾ ਕਦੀ ਵੀ ਨੀ ਆਪਣਾ ਅੱਜ ਦਾ ਵਲੌਗ ਇੱਥੇ ਮੁੱਕਦਾ ਹੈ ਹੋਪ ਤੇ ਹੁਣ ਸਾਰਿਆਂ ਨੂੰ ਵਲੌਗ ਵਧੀਆ ਲੱਗਿਆ ਹੋਊਗਾ ਤੇ ਚੈਨਲ ਨੂੰ ਕਰੋ ਸਾਰੇ ਜਣੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਸਭ ਕੇ ਦਾ ਯਾਰ ਦਰਦ ਬਣਾ